ਮੇਰੀ ਤਾਂ ਭਾਬੀ ਹੁਣੀ ਸਮਾਨ ਲੈਂਦੇ ਪਏ, ਕੀ ਵੇਖਦੀਆਂ ਪਈਆਂ? ਸੋਹਣੇ ਨਾ ਟੌਪ ਹੋਇਆ ਕੀ ਆ? ਪਿੱਪਲ ਕੋ ਜਿਹੜਾ ਝੂਲਾ ਉਹ ਕਿੰਨੀ ਉੱਚੀ ਤੱਕ ਚੜਾਉਂਦੇ ਆ, ਆਪਾਂ ਉਹਦੇ ਚ ਸ਼ਾਮ ਨੂੰ ਜਾਵਾਂਗੇ। ਹਾਏ ਗਾਇਸ, ਵੈਲਕਮ ਬੈਕ ਟੂ ਨਿਊ ਵਲੌਗ। ਤੇ ਅੱਜ ਅਸੀਂ ਚੱਲੇ ਆ ਮੇਲੇ ਤੇ, ਤੇ ਦੂਜੇ ਪਿੰਡ ਆਪਣੇ ਮੇਲਾ ਹਰ ਵਾਰੀ ਜਾਈਦਾ, ਤੁਹਾਨੂੰ ਪਤਾ ਪਿਛਲੇ ਸਾਲ ਵੀ ਅਸੀਂ ਗਏ ਸੀ ਮੇਲੇ ਤੇ, ਨਾਲੇ ਆਪਾਂ ਉੱਥੇ ਜਾਮ ਨੂੰ ਵੀ ਖਾਧੇ ਸੀ, ਬੜਾ ਕੁਛ ਖਾਧਾ ਸੀ। ਤੇ ਐਤਕੀ ਆਪਾਂ ਫਿਰ ਚੱਲੇ ਹਾਂ ਮੇਲੇ ਤੇ, ਨਾਲੇ ਆਪਾਂ ਹੂਟੇ ਲਵਾਂਗੇ ਨਾਲੇ ਮਜ਼ੇ ਕਰਾਂਗੇ। ਚਲੋ ਗਏ ਮੇਲੇ 'ਚ ਆਪਾਂ ਆ ਗਏ ਹਾਂ। ਹਾਂ ਭੀੜ ਨਹੀਂ ਇੰਨੀ, ਹਾਂ ਹਜੇ ਭੀੜ ਹੋਊਗੀ, ਹਜੇ ਤਾਂ ਟਾਈਮ ਹੀ 10 ਕੁ ਵਜੇ ਆ। ਇੱਧਰ ਅੱਗਾਂ ਬਾਲਤੀਆਂ ਵਾ, ਵਾਹ ਬਈ ਵਾਹ, ਇੱਧਰ ਬੱਚੇ ਟੱਪਦੇ ਪਏ ਨੇ। ਦੇਖੋ ਬਈ ਮੁੰਡੇ ਇੰਨੇ ਖੁਸ਼ ਆ, ਮੇਲਾ ਆ ਗਿਆ, ਛੁੱਟੀ ਕੀਤੀ ਇਹਨਾਂ ਸਪੈਸ਼ਲ ਸਾਰਿਆਂ ਨੇ। ਤਾਏ ਘਰੇ ਆਏ ਸੀ, ਭਾਬੀ ਨੇ ਵੀ ਜਾਣਾ ਵਾ, ਤਾਂ ਆਪਾਂ ਕਿਹਾ ਬਈ ਚਲੋ ਭਾਬੀ ਨੂੰ ਵੀ ਲੈ ਜਾਈਏ ਮੇਲੇ 'ਚ, ਅਤੇ ਹੁਣ ਸਾਰੇ ਜਾਣੇ ਇਕੱਠੇ ਚੱਲਦੇ ਹਾਂ ਸਾਰੇ ਜਾਣੇ। ਇਹਨੇ ਬਹੁਤ ਖਿਡੌਣੇ ਲਏ, ਇਹਨੇ ਤਾਂ ਪਤਾ ਨਹੀਂ ਕਿੰਨੀ ਵਾਰੀ ਬੂਟੇ ਲੈ ਲਏ ਆ। ਉੱਧਰ ਗਰਮੀ ਆ, ਇੱਧਰ ਲੈਂਦੇ ਹਾਂ। ਚਲੋ ਬਈ ਅਸੀਂ ਆਹ ਜਿਹੜੇ ਝੂਲੇ ਦੇ ਬੂਟੇ ਲੈਣ ਲੱਗੇ ਹਾਂ। ਸਪੋਰਟ ਚਾਹੀਦੀ, ਸਪੋਰਟ ਮੰਡੀਰ ਵੀ ਆ ਗਈ ਆ। ਉਹ ਮੰਡੀਰ ਪੁਣਾ ਨੀ ਕਰਨਾ, ਆ ਮੰਡੀਰ ਅਸਲੀ, ਉਹ ਵੇਖੋ ਮੰਡੀਰ ਜਾਦੀ ਚੜ ਗਈ ਆ। ਚੋ ਗਏ ਭਾਬੀ ਡਰਦੇ, ਭਾਬੀ ਬਾਹਰ ਤੁਰੇ ਫਿਰਦੇ, ਆਈਸਕ੍ਰੀਮ ਖਾਣ ਲੱਗੇ ਹੁਣ ਮਿਲਾ ਦੋ ਯਾਰ, ਇਹਦੇ ਤੇ ਹੂਟਾ ਲੈ ਲਿਆ। ਉਲਟੀ ਆ ਚੱਲੀ, ਝੂਠ ਬੋਲਿਆ ਇਹਨੇ, ਉਲਟੀ ਕੋਈ ਨੀ, ਐਵੇਂ ਯਾਰ ਉੱਠ ਗਏ। ਚਲੋ ਉਹ ਮੰਡੀਰ ਵੇਖ ਕੀ ਕਰਦੇ ਹੁਣ, ਜਿਸ ਕਾਰਨ ਹੁਣ ਕੋਈ ਖਾਣ ਪੀਣ ਲੱਗੇ ਆ।
ਮੇਲੇ ਦੇ ਵਿੱਚ ਕਿਵੇਂ ਲੋਕ ਐ ਜਿਸ ਕਾਰਨ ਕੱਲਾ ਖਾਣ ਲੱਗਾ ਏ ਪਾਓ ਭਾਜੀ ਟੋਏ ਬਹੁਤ ਲੈ ਆ ਘੱਟੋ ਘੱਟ 100 ਰੁਪਇਆ ਟੋਏ ਤੇ ਲਾਤਾ ਆਈਸਕ੍ਰੀਮ ਖਾਂਦਾ ਪਿਆ ਮਜ਼ਾ ਆਉਂਦਾ ਹੋਣਾ ਹਨਾ ਕੋਈ ਗੱਲ ਨੀ ਫਿਰ ਕੀ ਆ ਆਪਣੇ ਆਪ ਦਾ ਭਰਾ ਵਾ ਕਿਉਂ ਬਾਈ ਚਲੋ ਗਏ ਕਿਉਂਕਿ ਇੱਥੇ ਆਪਣੀ ਚੱਲਦੀ ਜਿਵੇਂ ਬਹੁਤ ਆ ਤਾਂ ਉਹਨਾਂ ਨੇ ਕੋਈ ਪੈਸਾ ਨਹੀਂ ਲੈਣਾ ਜਿਸ ਕਾਰਨ ਪੈਸੇ ਦੇ ਬਾਈ ਕੁੜੀਆਂ ਵਾਲੇ ਜਿਹੜੇ ਆ ਵਿਚਾਰੇ ਬੈਂਕਾਂ 'ਚ ਲੱਗੇ ਉਹ ਵੀ ਪਕੌੜੇ ਚੱਲੇ ਘਰੇ ਆਪਦੇ ਠੀਕ ਆ ਇੱਧਰ ਪਕੌੜੇ ਬਣਦੇ ਪਏ ਪਾਲਕ ਵਾਲੇ ਆਲੂ ਵਾਲੇ ਕਿਵੇਂ ਭਾਬੀ ਆ ਬਰਗਰ ਖਾਣਾ ਤੁਸੀਂ ਥੱਲੇ ਰੰਗ ਨਿਕਲਦਾ ਇਹਦਾ ਡਰਾਇੰਗ ਦਿਖਾਉਣੀ ਤੁਹਾਨੂੰ ਐਂਡ ਤੇ ਕਿੱਦਾਂ ਦੀ ਆ ਜਲਦੀ ਕਰ ਕਾਕਾ ਚਲੋ ਗਏ ਕੂਅਰ ਹੋਣੀ ਜਿਸ ਕਾਰਨ ਹੁਣੀ ਪੀਣ ਲੱਗਿਆ ਜੂਸ ਠੀਕ ਆ ਜੀ ਬਹੁਤ ਗਰਮੀ ਆ ਬਹੁਤ ਜ਼ਿਆਦਾ ਪਸੀਨਾ ਵਾ ਤੇ ਲੈਮਨ ਜੂਸ ਇਹ ਪੁਦੀਨਾ ਹੋ ਗਿਆ ਐਪਲ ਹੋ ਗਿਆ ਔਰੇਂਜ ਹੋ ਗਿਆ ਭਾਬੀ ਕਿਹੜਾ ਪੀਣਾ ਵੀਰੇ ਰੱਜੀ ਤੂੰ ਐ ਕਰ ਗੁਆਵਾ ਲੈ ਲਾ ਗੁਆਵਾ ਚਲੋ ਪੁਦੀਨਾ ਪੀਣ ਲੱਗੇ ਉਹ ਮੇਰੇ ਕਹਿਣ ਤੇ ਨਾ ਲੈ ਭਰਾਵਾ ਆਪਦੇ ਕਹਿਣ ਤੇ ਲੈ ਸਿੰਗਰ ਆਉਣਾ ਸਾਗਰ ਦੀ ਵੋਟੀ ਲੈਂਦੀ ਇੰਡੀਆ ਚ ਲਾ ਕਿੰਨੇ ਆਉਣਾ ਸੱਚ ਉਹ ਕਿੰਨੇ ਸਿੰਗਰ ਦਾ ਨਾਮ ਕੀ ਆ ਸਾਗਰ ਆ ਪੈਸੇ ਤੁਸੀਂ 10 ਰੁਪਈਏ ਦੇਣੇ ਆ ਤੇ ਚੀਜ਼ਾਂ ਚਾਲੀਆਂ ਦੀਆਂ ਪਵਾ ਲਗਾ ਲਾਪਰੀ ਲੱਗ ਗਿਆ ਪੈਟਿੰਗ ਵਾਲੀ ਦੁਕਾਨ ਪਾ ਲਈ ਇਹਨੇ ਤੇ ਮੇਲੇ ਚ ਨਵੀਂ ਨਵੀਂ ਇਹਨੇ ਖੋਲੀ ਦੁਕਾਨ ਗਰਮੀ ਬਹੁਤ ਆ ਫੇ ਇਹ ਕਿੰਨੇ ਦੀ ਲਾਏ ਬਾਈ ਇਹ 20 ਦੀ ਇੱਕ ਸਿਰਾ ਹੀ ਆ ਹਨਾ ਵੱਧ ਲਾ ਲਓ ਗਰਮੀ ਜਿਆਦਾ ਦੇ ਰੋਟੀ ਵੱਧ ਦੇ ਦੋ ਓ ਗਾਇਸ ਗਰਮੀ ਬਹੁਤ ਜ਼ਿਆਦੀ ਮੇਲੇ ਹੀ ਤੁਰੇ ਤੇ ਜਾਂਦੇ ਆ ਨਿਰੀ ਗਰਮੀ ਚ ਕੋਈ ਨਹੀਂ ਖਾਲੀ ਆ ਬਾਕੀ ਗਰਮੀ ਜ਼ਿਆਦੀ ਆ ਇੱਧਰ ਦੇਖ ਲਓ ਭਾਂਡੇ ਭੁੰਡੇ ਵਿਕਦੇ ਪਏ ਆ ਕੱਪ ਆ ਗਲਾਸੀਆਂ ਵਾ ਇੱਧਰ ਖਿਡੌਣੇ ਆ ਪਹਿਲਾਂ ਵਾਧੂ ਲਈਦੇ ਹੁੰਦੇ ਸੀ ਹੁਣ ਨਹੀਂ ਲਏ ਕਦੀ ਬਾਕੀ ਇੱਧਰ ਚੂੜੀਆਂ ਚਾੜੀਆਂ ਬੁੜੀਆਂ ਦਾ ਸਮਾਨ ਆ ਗਿਆ ਗਾ ਭੀੜ ਫਿਰ ਹਜੇ ਵਧਣੀ ਆ ਹਜੇ ਟਾਈਮ ਨਹੀਂ ਨਾ ਹੋਇਆ ਵੇਖੋ ਗਾਇਸ ਆ ਵਿਚਾਰਾ ਘੜੀ ਮੰਗਦਾ ਬੱਚੇ ਨੂੰ ਜੋ ਚਾਹੀਦਾ ਇਹਨੇ ਉਹੀ ਲੈ ਲੈਣਾ ਵਾ ਵੇਖੋ ਆਹ ਚਾਹੀਦੀ ਵਿਚਾਰਾ ਨਹੀਂ ਨਹੀਂ ਤੂੰ ਆਹ ਲੈਣੀ ਆ ਕਿਉਂ ਪੰਜਾਹ ਵਾਲੀ ਆਹ ਲੈਣੀ ਚੱਲ ਤੋਰ ਹਜੇ ਵੀ ਨੀ ਪੀਤਾ ਪੀ ਲਾ ਜੀ ਤਾਂ ਭਾਬੀ ਹੁਣੀ ਸਮਾਨ ਲੈਂਦੇ ਪਏ ਕੀ ਵੇਖਦੀਆਂ ਪਈਆਂ ਲੈਣੇ ਆ ਹਾਂ ਲੈ ਮੈਨੂੰ ਆ ਲੈ ਇੱਕ ਨੇਵੀ ਇਹ ਆ ਕਿੰਨੇ
ਇਹਨਾਂ ਨੂੰ ਤੁਰਦੀਆਂ ਨਹੀਂ ਕਈ ਆ ਤੂੰ ਤੁਰੋ ਕਹਿ ਯਾਰ ਕਈ ਆ ਰਹੇ ਕਈ ਹੁਣ ਕਹਿ ਇਹਨਾਂ ਨੂੰ ਤੁਰੋ ਗਰਮੀ ਬਹੁਤ ਆ ਗਰਮੀ ਲੱਗਦੀ ਆ ਹੁਣ ਅਸੀਂ ਕੀ ਕਰੀਏ ਯਾਰ ਤੈਨੂੰ ਪਤਾ ਦੋ ਘੰਟੇ ਲਾਉਣੇ ਬਸ ਰਜੀ ਬਸ ਕਰਾਉਣੇ ਇਹਨਾਂ ਨੇ ਦੋ ਘੰਟੇ ਲਾਉਣੇ ਸੋਚ ਕੇ ਉਹ ਉੱਥੇ ਸੋਈਏ ਯਾਰ ਝੱਟ ਲਾਈਏ ਬੈਡ ਲਾਈਏ ਤੇ ਰੱਜੀ ਨੇ ਤਾਂ ਲੈ ਲਏ ਕਾਂਟੇ ਕਿਹੜੇ ਨਿੱਕੀਆਂ ਨਿੱਕੀਆਂ ਚੁੰਨੀਆਂ ਤੇ ਇੱਧਰ ਜੋ ਆ ਨਾ ਅਸੀਂ ਸੋਚਦੇ ਪਏ ਆਵੇ ਓਏ ਆ ਧੂਈ ਤੇ ਖੁਰਕਣ ਨੂੰ ਅੱਛਾ ਇੱਧਰ ਕਰਦਾ ਕੋਈ ਤੈਨੂੰ ਕਹਿੰਦੇ ਕਿਹਾ ਧੂਈ ਤੇ ਖੁਰਕਣ ਨੂੰ ਮੈਂ ਪੁੱਛ ਲਾ ਕਿੰਨੇ ਦਾ ਵਾ ਲੈ ਲਈਏ ਗਰਮੀ ਚ ਖਪ ਗਏ ਨਾ ਵਧੀਆ ਵਧੀਆ ਕਾਪੀਏ ਛੱਲਾ ਵਾ ਜਿਵੇਂ ਮੋਟਰਸਾਈਕਲ ਤੇ ਟੰਗ ਲਓ ਤੇ ਲਿਖੀ ਜਾਓ ਕਿਵੇਂ ਦੀਆਂ ਵੇਖੋ ਨਿੱਕੀਆਂ ਨਿੱਕੀਆਂ ਕਾਪੀਆਂ ਚਲੋ ਗਾਇਸ ਛੋਟੀ ਕਾਪੀ ਸਭ ਤੋਂ ਵਰਲਡ ਦੀ ਛੋਟੀ ਕਾਪੀ ਦਿਖਾਉਣੇ ਤੁਹਾਨੂੰ ਵਰਲਡ ਦੀ ਛੋਟੀ ਤਾਂ ਨਹੀਂ ਆ ਇਹਦੇ ਤੋਂ ਵੀ ਛੋਟੀਆਂ ਹੋਣਗੀਆਂ ਸਾਡੇ ਮੇਲੇ ਚ ਆਇਆ ਭਾਊ ਮੈਂ ਇਹ ਪਹਿਲੀ ਵਾਰੀ ਵੇਖੀ ਆ ਇੰਨੀ ਗਰਮੀ ਚ ਕੁੱਤਿਆਂ ਦਾ ਵੇਖੋ ਹਾਲ ਵਿਚਾਰਿਆਂ ਦਾ ਨਾਲੀ ਚ ਵੜ ਗਏ ਕੁੱਤਾ ਦੇਖੋ ਨਾਲੀ ਚ ਵੜ ਗਿਆ ਠੰਡਾ ਉਹ ਅੰਨੂ ਨਿਕਲ ਗਿਆ ਬਾਹਰ ਇੱਧਰ ਪਕੌੜੇ ਪਕੂੜੇ ਵਾਲੇ ਦੁਕਾਨਾਂ ਲੱਗੀਆਂ ਹਾਂ ਪਸੀਨੇ ਨਾਲ ਦੇਖੋ ਮੇਰੀ ਟੀ ਸ਼ਰਟ ਭਿੱਜ ਗਈ ਪੂਰੀ ਦੇਖੋ ਬੁਰਾ ਹਾਲ ਸਾਡਾ ਮੇਲੇ ਚ ਆਏ ਆ ਮੇਲੇ ਚ ਕਾਹਦੇ ਆਏ ਗਰਮੀ ਚ ਆਏ ਆ ਗਰਮੀ ਸੇਕਣ ਆਏ ਮੂੰਗਫਲੀ ਵੱਡੀ ਆ ਹਨਾ ਬਸ ਬਾਕੀ ਸਾਰਾ ਸਮਾਨ ਛੋਟਾ ਮੂੰਗਫਲੀ ਰਬੜਦੀ ਆ ਰਬੜ ਬੁਰਾ ਹਾਲ ਵਾ ਅਸੀਂ ਇੱਧਰ ਨੂੰ ਮੜਾ ਗਏ ਸੀਗੇ ਸਾਹ ਲੈ ਕੇ ਆਏ ਦੁਕਾਨ ਚ ਮੜਾ ਆ ਤੇ ਮਜ਼ਾ ਆਇਆ ਬਹਿ ਕੇ ਹੁਣ ਫਿਰ ਤੁਰ ਪਏ ਹਾਂ ਪਤਾ ਨਹੀਂ ਕਿ ਅੱਜ ਹੀ ਗਰਮੀ ਕਿਉਂ ਮੇਲੇ ਵਾਲੇ ਦਿਨ ਕਿਉਂ ਗਰਮੀ ਹੁੰਦੀ ਸਮਝ ਨਹੀਂ ਆਉਂਦੀ ਪਿਛਲੀ ਵਾਰ ਮੀਂਹ ਪਿਆ ਸੀ ਮੇਲੇ 'ਚ ਦੇਖੋ ਪਿੱਪਲ ਕੋ ਜਿਹੜਾ ਝੂਲਾ ਉਹ ਕਿੰਨੀ ਉੱਚੀ ਤੱਕ ਚੜ੍ਹਾਉਂਦੇ ਆ ਆਪਾਂ ਉਹਦੇ 'ਚ ਸ਼ਾਮ ਨੂੰ ਜਾਵਾਂਗੇ ਹਜੇ ਨਹੀਂ ਹਜੇ ਗਰਮੀ ਆ ਇੱਧਰ ਸ਼ਾਮੇ ਵੀ ਬਾਜ਼ਾਰ ਆ ਇੱਧਰ ਚਲੋ ਫਿਰ ਵੀ ਸ਼ਾਮ ਆ ਕਿਉਂਕਿ ਪਰੇ ਉਹ ਰੁੱਖ ਨਾ ਇੱਧਰ ਰੁੱਖ ਵਾਧੂ ਆ ਇੱਧਰ ਸਾਰੀਆਂ ਸ਼ਾਮੇ ਆ ਇਹ ਤਾਂ ਵਧੀਆ ਚੱਲ ਬੈਠੇ ਆ ਪਰੇ ਬਹੁਤ ਗਰਮੀ ਆਹ ਬੰਨਾ ਵਧੀਆ ਵਾ ਇਹ ਦੇਖਿਓ ਸ਼ਾਮ ਨੂੰ ਇੱਥੇ ਫੁੱਲ ਭਰ ਜਾਣਾ ਹਜੇ ਤਾਂ ਚਲੋ ਕੋਈ ਆਉਂਦਾ ਨਹੀਂ ਗਰਮੀ ਦਾ ਕਰਕੇ ਇੱਥੇ ਸਹੀ ਆ ਨਾ ਉਹ ਯਾਰ ਪੱਖਾ ਹੀ ਕਰਨਾ ਸੋਚਦੇ ਹਾਂ ਲੈ ਲੈਨੇ ਆ ਪੱਖਾ ਮੈਂ ਸੱਚ ਮਾਰਨਾ ਇੰਨੀ ਗਰਮੀ ਚ ਇੰਨਾ ਕੋਈ ਪੱਖਾ ਵਾ ਘਰੇ ਜਾਵਾਂਗੇ ਨਿੱਕਾ ਜਿਹਾ ਤਾਂ ਪੱਖਾ ਵਾ ਦੇ ਇਹਦੇ ਨਾਲ ਕੀ ਹੁੰਦਾ ਵਾ ਦੱਸ ਜ਼ਿਆਦੀ ਗਰਮੀ ਗੁਰੂਓ ਸਾਗਰ ਦੀ ਵਹੁਟੀ ਵੀ ਗਰਮੀ ਚ ਕੀ ਕਰੂ ਪਤਾ ਨੀ ਬੋਤਲਾਂ ਬੋਤਲਾਂ ਲੈ ਆਇਆ ਕਿੰਨੀਆਂ ਜਿਹੜੀ ਚੀਜ਼ ਦਿਖੀ ਜੇਬਾਂ ਹੀ ਭਰ ਲਿਆ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਚਲੋ ਬਈ ਹੁਣ ਰੈਸਟ ਕਰ ਲਈਏ ਫਿਰ ਮੇਲੇ ਦੀ ਆਵਾਜ਼ ਆਉਂਦੀ ਹੋਣੀ ਤੁਹਾਨੂੰ ਰੋਲਾ ਰੱਪਾ ਤੇ ਹੁਣ ਅਸੀਂ ਚੱਲੇ ਹਾਂ ਦੇਖੋ ਪਸੀਨਾ ਘਰੇ ਚੱਲੇ ਹਾਂ
ਚਲੋ ਬਈ ਆ ਇੱਕ ਲਿਆ ਵਾਲ ਵੂਲ ਸੈੱਟ ਕਰਨ ਨੂੰ, ਵੈਸੇ ਤੇ ਖੁਰਕਣ ਨੂੰ ਆ। ਚਲੋ ਹੁਣ ਚੱਲੇ ਵਾਪਸ ਘਰੇ, ਮੇਲਾ ਵੇਖ ਲਿਆ, ਆਪ ਸ਼ਾਮ ਨੂੰ ਫੇਰ ਆਵਾਂਗੇ। ਰਾਜੀ ਹੁਣੀ ਗਈਆਂ ਰਾਜਸਥਾਨ, ਮਤਲਬ ਘੁੰਮਣ ਫਿਰ ਮੰਮੀ ਨੂੰ ਘੱਲਿਆ ਵਾ। ਮੰਮੀ ਨੇ, ਮੰਮੀ ਕਹਿੰਦੀ ਮੈਂ ਕਦੀ ਗਈ ਨੀ ਘੁੰਮਣ ਫਿਰਨ, ਇਸ ਕਰਕੇ ਮੰਮੀ ਤੇ ਰਾਜੀ ਗਏ ਹੋਏ ਆ ਰਾਜਸਥਾਨ ਰਿਸ਼ਤੇਦਾਰਾਂ ਕੋਲ। ਨਾਲੇ ਮਿਲ ਆਉਣਗੇ ਉਹਨਾਂ ਨੂੰ ਤੇ ਨਾਲੇ ਘੁੰਮ ਫਿਰ ਆਉਣਗੇ, ਤੇ ਅਸੀਂ ਚੜਾ ਕੇ ਗਏ ਫਿਰੋਜ਼ਪੁਰ ਹੁਣੇ ਉਹਨਾਂ ਨੂੰ। ਚਲੋ ਪਿੰਡ ਨਾਲੇ ਮੇਲਾ ਵਾ, ਅਸੀਂ ਤਾਂ ਕਿਹਾ ਸੀ ਅੱਜ ਰੁਕ ਜਾਓ ਕੱਲ ਨੂੰ ਚੱਲ ਜਾਓ, ਤੇ ਪਰ ਉਹ ਗਈਆਂ ਚਲੀਆਂ। ਫਿਰ ਵੀ ਚਲ ਠੀਕ ਆ, ਆਪਾਂ ਨਜ਼ਾਰੇ ਲਵਾਂਗੇ ਹੁਣ ਮੇਲੇ 'ਚ ਜਾ ਕੇ। ਅਸੀਂ ਕਿਹਾ ਜਿਹੜਾ ਵੱਡਾ ਭਗੂੜਾ ਨਾ ਝੂਲਾ, ਉਹਦੇ 'ਤੇ ਐਂਡ 'ਤੇ ਲਵਾਂਗੇ ਝੂਟੇ। ਚਲੋ ਗਏ, ਮੇਲਾ ਨਾ ਪੂਰਾ ਭਰ ਗਿਆ, ਇੰਨੀ ਜ਼ਿਆਦਾ ਭੀੜ ਹੋ ਗਈ ਨਾ ਤੁਹਾਨੂੰ ਮੈਂ ਦੱਸਣਾ ਸੀ। ਮੂਸੇ ਵਾਲੇ ਸਾਡੇ ਪਿੰਡ ਨੇੜੇ ਆ, ਦੋ ਕੁਲਫੀਆਂ ਦੇ ਦਿਓ, ਦਸ ਦਸ ਵਾਲੇ। ਚਲੋ ਬਈ ਰੱਜੀ ਹੁਣਾਂ ਨੂੰ ਛੱਡ ਆਉਂਦਾ ਸ਼ਹਿਰ, ਮੇਲੇ 'ਚ ਆਏ ਹਾਂ। ਗਰਮੀ ਬਹੁਤ ਜ਼ਿਆਦਾ, ਭੀੜ ਭੜੱਕਾ ਬਹੁਤ ਆ। ਆਹ ਖੁੱਲ੍ਹੇ ਜਿਹੇ ਥਾਂ 'ਤੇ ਆਏ ਅਸੀਂ ਜਿੱਥੇ ਖੁੱਲ੍ਹੇ ਥਾਂ 'ਤੇ ਭਗੂੜਾ ਲੱਗਾ ਵੱਡਾ, ਇੱਥੇ ਬਣਾ ਕੇ ਵੇਖਣਾ ਹੀ ਹੋਏ। ਮੈਂ ਕੂਅਰ ਨਾਲ ਆਪਣੇ ਇਹਨੇ ਟੱਪਣਾ ਵਿੱਚ ਉਹਦੇ ਪਹਿਲਾਂ ਉਹਦੇ ਵਿੱਚ ਝੂਟੇ ਲੈਣੇ ਓਏ। ਚਲੋ ਗਾਇਜ਼, ਆਹ ਜਿਹੜੇ ਭਗੂੜੇ ਵਿੱਚ ਅਸੀਂ ਆਏ ਹਾਂ, ਇਹ ਸਭ ਤੋਂ ਵੱਡਾ ਭਗੂੜਾ ਠੀਕ ਹੈ ਇੱਥੋਂ ਦਾ। ਕੂਅਰ ਕਹਿੰਦਾ ਬਹੁਤ ਡਰ ਲੱਗੂਗਾ ਤੁਹਾਨੂੰ, ਇੰਨੀ ਗਰਮੀ ਆ ਨਾ ਇੱਥੇ, ਇਹ ਚਲਾਉਂਦਾ ਹੀ ਨਹੀਂ ਪਾਇਆ, ਪਤਾ ਨਹੀਂ ਇਹਨੂੰ ਕੀ ਹੋ ਗਿਆ। ਗਰਮੀ ਕਿੰਨੀ ਆ, ਹਵਾ ਕਿੰਨੀ ਠੰਡੀ ਹੋ ਗਈ। ਇੱਕ ਭੈਣ ਨੂੰ ਉਲਟੀਆਂ ਆਉਣ ਲੱਗ ਪਈਆਂ, ਪਤਾ ਨੀ ਕੀ ਹੋਣ ਲੱਗ ਪਿਆ, ਉਹਨੂੰ ਤਾਰਤਾ ਸੀ। ਚਲੋ ਗਾਇਜ਼, ਸਾਡੇ ਨਾਲ ਸਾਰੀ ਮੰਡੀਰ ਆ ਗਈ ਆ, ਸਾਰੀ ਮੰਡੀਰ ਖੜੀ ਸਾਡੀ ਫੈਨ ਫੋਲੋਇੰਗ ਆ। 40 ਤੇ 40, 80 ਤੇ 120 ਰੁਪਏ ਹੋ ਗਏ ਸਾਡੇ। ਇਹਨੂੰ ਇਹਨੂੰ ਅਸੀਂ ਕਿਹਾ ਚੱਲ ਤੂੰ ਨਜ਼ਾਰੇ ਲੈ, ਹੂਟੇ ਲੈ ਸਕਦਾ ਮੈਂ। ਚਲੋ ਬਈ ਵਾਪਸ ਚੱਲੇ ਹਾਂ, ਘਬਰਾਹਟ ਹੋਣ ਲੱਗ ਪਈ ਹੁਣ ਝੂਲੇ ਲੈ ਕੇ, ਤੇ ਹੁਣ ਜੀ ਕਰਦਾ ਮੈਂ ਸੋਵਾਂ ਜਾ ਕੇ। ਥੱਕ ਜੇ ਵੀ ਗਏ ਦੇਖੋ, ਪਤਾ ਨਹੀਂ ਕੀ ਜ਼ਿਆਦਾ ਲੈ ਲਏ ਖਰੇ। ਹੁਣ ਅਸੀਂ ਚੱਲੇ ਹਾਂ ਕਬੱਡੀ ਵੇਖਣ, ਤੇ ਕਬੱਡੀ ਵੇਖਾਂਗੇ ਆਪਾਂ, ਸ਼ਾਮ ਜੀ ਹੋ ਗਈ, ਦੇਖੋ ਵੀ ਐਵੇਂ ਦਾ ਹੋ ਗਿਆ। ਚਲੋ ਗਾਇਜ਼, ਹੁਣ ਕਬੱਡੀ ਵੇਖਣ ਆਏ ਹਾਂ ਅਸੀਂ ਠੀਕ ਆ, ਛੁੱਟੀ ਆ ਖਰੇ ਬ੍ਰੇਕ ਆ। ਪੰਜ ਸੌ ਵਾਲੀ ਪਹਿਲੀ ਪੈ ਰਹੀ ਹੈ ਮੇਰੇ ਵੀਰੋ, ਜੇ ਤਿੰਨ ਕਬੱਡੀਆਂ ਆਏ ਆ ਤੇ 500 ਕਬੱਡੀਆਂ ਵਾਲੇ ਵਾਧੂ ਦਲੀ ਹੋਵੇਗਾ। 500 ਵਾਲੀ ਪਹਿਲੀ ਪੈ ਰਹੀ ਹੈ,
ਹੁਣ ਕਬੱਡੀ ਵੇਖ ਲਈ, ਹੁਣ ਆਪਾਂ ਚੱਲੇ ਘਰੇ, ਸ਼ਾਮ ਹੋ ਗਈ ਆ ਤੇ ਚੱਲਦੇ ਹਾਂ, ਹੁਣ ਪਹੁੰਚ ਗਏ ਘਰੇ।